ਗਿੱਦੜਬਾਹਾ ਹਲਕੇ ਦੇ ਪਿੰਡ ਭੋਂਦੜ ਵਿਖੇ ਥਾਣਾ ਕੋਟਭਾਈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਘਰ ਵਿੱਚੋਂ 146 ਪੇਟੀਆਂ ਮੋਟਾ ਸੰਤਰਾ ਸ਼ਰਾਬ ਬਰਾਮਦ ਕੀਤੀ ਹੈ। ਇਸ ਸੰਬੰਧ ਜਾਣਕਾਰੀ ਦਿੰਦੇ ਹੋਏ ਕੋਟਭਾਈ ਦੇ ਥਾਣਾ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਭੋਂਦੜ ਦੇ ਘਰ ਵਿੱਚ ਦੇਸੀ ਸ਼ਰਾਬ ਪਈ ਹੈ। ਘਰ ਪਿੰਡ ਦੇ ਕਾਂਗਰਸੀ ਵਰਕਰ ਸਾਹਿਬ ਸਿੰਘ ਦਾ ਦੱਸਿਆ ਜਾ ਰਿਹਾ, ਜਿਸ ਤੇ ਕਾਰਵਾਈ ਕਰਦੇ ਥਾਣਾ ਕੋਟਭਾਈ ਪੁਲਿਸ ਨੇ SI ਕਰਮਜੀਤ ਸਿੰਘ ਦੀ ਅਗਵਾਈ ਵਿੱਚ ਛਾਪੇਮਾਰੀ ਕਰਕੇ 146 ਪੇਟੀਆਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਘਰ ਵਿੱਚ ਕੋਈ ਮੌਜੂਦ ਨਹੀਂ ਸੀ। ਉਹਨਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਐਕਸਾਈਜ਼ ਐਕਟ ਅਧੀਨ ਪਿੰਡ ਦੇ ਸਾਹਿਬ ਸਿੰਘ ਨਾਮਕ ਕਾਂਗਰਸੀ ਵਰਕਰ 'ਤੇ ਮਾਮਲਾ ਦਰਜ ਕਰ ਲਿਆ। ਜਦਕਿ ਇਸ ਮਾਮਲੇ ਵਿੱਚ ਜਦੋਂ ਸਾਹਿਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਵਿੱਚ ਹੀ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਮੌਤ ਹੋਣ ਕਾਰਨ ਉਹਨਾਂ ਦਾ ਪਰਿਵਾਰ ਉੱਧਰ ਗਿਆ ਅਤੇ ਉਹ ਖੁਦ ਵੀ ਪਿੰਡ ਤੋਂ ਬਾਹਰ ਨੇ ਅਤੇ ਘਰ ਦਾ ਸਿਰਫ ਬਾਹਰਲਾ ਗੇਟ ਬੰਦ ਸੀ ਅਤੇ ਉਹਨਾਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਗਿੱਦੜਬਾਹਾ ਤੋਂ ਜਾਟ TV ਨਿਊਜ਼ ਦੇ ਲਈ ਸੋਨੀ ਢੱਲਾ ਦੀ ਰਿਪੋਰਟ। ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਭੁੰਦੜ ਪਿੰਡ ਦੇ ਵਿੱਚ ਕਿਸੇ ਨੇ ਘਰ ਦੇ ਵਿੱਚ ਦਾਰੂ ਡੰਪ ਕਰਕੇ ਰੱਖੀ ਹੋਈ ਹੈ ਦੇਸੀ, ਜਿਸ 'ਤੇ ਅਸੀਂ ਉੱਥੇ ਜਾ ਕੇ ਰੇਡ ਕਰਕੇ ਉੱਥੋਂ 146 ਪੇਟੀਆਂ ਦੇਸੀ ਦਾਰੂ ਬਰਾਮਦ ਕੀਤੀ ਹੈ। ਅਤੇ ਮੌਕੇ ਤੋਂ ਕੋਈ ਫੜਿਆ ਨਹੀਂ ਗਿਆ, ਸਾਰੇ ਅੱਗੇ ਪਿੱਛੇ ਹੋ ਗਏ ਸਨ, ਭੱਜ ਗਏ ਉੱਥੋਂ ਮੌਕੇ ਤੋਂ। ਬਾਕੀ ਸਾਡੀ ਇੱਕ ਪਾਰਟੀ ਉਹਨਾਂ ਦੇ ਪਿੱਛੇ ਗਈ ਹੋਈ ਹੈ ਅਤੇ ਛੇਤੀ ਇੱਕ ਅੱਧਾ ਅਸੀਂ ਬੰਦੇ ਫੜ ਲਵਾਂਗੇ।